ਬਜਟ ਐਡੇ ਵੱਡੇ ਠਾਗਾ ਹੈ, ਆ ਬਜਟ ਪੇਸ਼ ਕੀਤਾ, ਤੁਸੀਂ ਹੈਰਾਨ ਰਹਿ ਜਾਓਗੇ। 2 ਲੱਖ ਕਰੋੜ ਦਾ ਇਹਨਾਂ ਨੇ ਬਜਟ ਪੇਸ਼ ਕੀਤਾ ਜੀ, ਕਹਿੰਦੇ 2 ਲੱਖ ਕਰੋੜ ਦਾ। ਮੈਂ ਮੋਟੀਆਂ ਮੋਟੀਆਂ ਗੱਲ ਦਾ ਪੁੱਛਣਾ ਚਾਹੁੰਦਾ, ਇਸ ਬਜਟ ਵਿੱਚ ਉਹਨਾਂ ਨੇ ਜਦੋਂ ਕਹਿੰਦੇ ਹੁੰਦੇ ਸੀ, ਜਦੋਂ ਵੋਟਾਂ ਮਿਲੀਆਂ, ਕਹਿੰਦੇ 1000 ਰੁਪਇਆ ਹਰ ਔਰਤ ਨੂੰ ਦੇਵਾਂਗੇ। ਅੱਜ ਮੈਨੂੰ ਲੱਗਦਾ ਦੂਜਾ ਬਜਟ ਹੋ ਗਿਆ, ਮੈਨਸ਼ਨ ਹੀ ਹੈ ਨਹੀਂ, ਤੀਜਾ ਮੈਨਸ਼ਨ ਹੀ ਹੈ ਨਹੀਂ। ਮੁਲਾਜ਼ਮਾਂ ਨੂੰ ਇਹਨਾਂ ਨੇ ਕਿਹਾ ਸੀ ਓਲਡ ਪੈਨਸ਼ਨ ਬਹਾਲ ਕਰਾਂਗੇ, ਇਹਦਾ ਜ਼ਿਕਰ ਹੀ ਹੈ ਨਹੀਂ। 2 ਲੱਖ ਕਰੋੜ ਤੋਂ ਰੋਜ਼ ਕਹਿੰਦਾ ਮੈਂ ਨੌਜਵਾਨਾਂ ਦੀ ਅਸੀਂ ਕਰਾਂਗੇ ਨੌਜਵਾਨਾਂ ਵਾਸਤੇ। ਤੁਸੀਂ ਦੇਖੋ ਪੂਰੇ ਬਜਟ ਵਿੱਚ 61 ਕਰੋੜ, 2 ਲੱਖ ਕਰੋੜ ਵਿੱਚੋਂ 61 ਕਰੋੜ ਹੀ ਫੋਰ ਯੂਥ ਹੈ, 61 ਕਰੋੜ। ਦੂਜੀ ਗੱਲ, ਕਹਿੰਦਾ ਪੰਜਾਬ 'ਚ ਇੰਡਸਟਰੀ ਲੈ ਕੇ ਆਉਣੀ ਹੈ, ਇੰਡਸਟਰੀ ਕਹਿੰਦਾ। ਜਦੋਂ ਜਾਂਦੇ ਆ ਬੰਬੇ, ਉਦੋਂ ਜਾ ਕੇ ਕਹਿੰਦੇ ਸਾਡੇ ਦੇਖੋ, ਸਾਡੇ 4-ਲੇਨ ਸੜਕਾਂ ਦੇਖੋ, ਸਾਡੇ ਏਅਰਪੋਰਟ ਦੇਖੋ, ਸਾਡੇ ਪਾਵਰ ਸਰਪਲਸ। ਐਂ ਤਾਂ ਦੱਸਦਾ ਨਹੀਂ ਕਿ ਬਾਦਲ ਸਾਹਿਬ ਨੇ ਬਣਾਇਆ। ਅਤੇ ਇਨਸੈਂਟਿਵ ਦੇਖੋ ਹੁਣ ਜਿਹਨੂੰ ਲੈ ਕੇ ਆਉਣਾ ਇੱਥੇ ਕਿੰਨਾ ਰੱਖਿਆ ਬਜਟ ਵਿੱਚ, ਅਗਲੇ ਸਾਲ ਵਿੱਚ 50 ਕਰੋੜ ਰੱਖਿਆ ਇੰਡਸਟਰੀਅਲ ਇਨਸੈਂਟਿਵ ਵਾਸਤੇ, ਇਕੱਲਾ 50 ਕਰੋੜ। ਕਿਹੜਾ ਆਊਗਾ ਇੱਥੇ ਤੁਹਾਡੇ ਕੋਲ? ਇੱਕ ਤਾਂ ਇਹਦੀ ਸ਼ਕਲ ਦੇਖ ਕੇ ਨਹੀਂ ਕਿਸੇ ਨੇ ਆਉਣਾ, ਇੱਕ ਇਹਦੇ ਬਿਹੇਵੀਅਰ ਦੇਖ ਕੇ ਨਹੀਂ ਆਉਣਾ, ਇੱਕ ਜਾਇਜ਼ੀ ਹਾਲਾਤ ਲਾਅ ਐਂਡ ਆਰਡਰ ਦੀ ਸਿੱਧੇ ਕੋਈ ਆਉਣਾ ਨਹੀਂ। ਅਗਰ ਆਪ ਇਹ ਵੀਡੀਓ YouTube ਪਰ ਦੇਖ ਰਹੇ ਹੈ ਤੋ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰੇਂ ਔਰ ਬੈਲ ਆਈਕਨ ਕੋ ਦਬਾਨਾ ਨਾ ਭੂਲੇਂ। ਅਗਰ ਆਪ ਫੇਸਬੁੱਕ ਪਰ ਇਹ ਵੀਡੀਓ ਦੇਖ ਰਹੇ ਹੈ ਤੋ ਹਮਾਰੇ ਪੇਜ ਕੋ ਲਾਈਕ ਕਰੇਂ।